التماس دعا برائے حجت خدا. بسم اللہ الرحمن الرحیم. اللہم اکن ولیک الحجت ابن الحسن علیہ الصلوۃ والسلام صلواتک علیہ وعلی آبائہ فی ہذہ الساعۃ وفی کل ساعۃ من ساعۃ اللیل والنہار ولیم وحافظم وقائدم وناصرم دلیلم وعینم حتی تسکنہ ورزقہ توان وتمتعہ فیہا طویلہ. یا رب محمد و آل محمد صلی علی محمد و آل محمد واجل فرجہم قائم یا رب. اللہم صلی علی محمد و آل محمد. صلوات باواز بلند. اجازت دے بسم اللہ کریں. مجمع بہت بڑا ہے, اگر تجھے سلوات پڑھو تو زیادہ نہیں تو گکھڑ تک تو بندیاں نو سلوات دی آواز جاوے نا. وارث زمانہ بانیان دی توفیقات دے وچ اضافہ فرماواں. جتنے عزادار دور نزدیک تو ٹر کے آئے ہو, جناب سیدہ تہاڈا سارا ٹور آیا قبول فرماواں. بہت خوبصورت محفل, محمد والے محمد دا سونا ذکر پہ سن دے ہو. ایڈا سونا تسا استقبال کیتا ہے, میرا دل پہ کر دے کہ میں بھی علی پڑھا. دل ہے ہاں الفاظ نہیں توصیف کراں, الفاظ نہیں توصیف کرار دی کی تعریف کراں. آدم دا خالق ہے نا جی, میرے بزرگ بیٹھے نے تے جی آدم دا خالق تے پھر ساڈا بھی خالق ہے. الفاظ نہیں توصیف کرا. ہن ایک قبر آ گیا جی, میں تے بڑا اگے سفر کرنا ہے, میں بڑے تحفے دینے نے تانوں اس نظم وچ جڑے اگے کسے نہیں دتے. الفاظ نہیں توصیف کرا قرار دی کی تعریف کراں, مخلوق ہمیں او خالق ہے. بولنا چاہیے سی سب کیوں جاواں, جڑے بندے نہیں بولن نو بلانا تے میں ہوں نا. ہنے بولن گے الفاظ نہیں توصیف کراں قرار دی کی تعریف کراں, مخلوق ہمیں او خالق ہے. جڑا دوش نبی تے باندھائے اسوار دی کی تعریف کراں, مخلوق ہمیں او خالق. بسم اللہ کر لواں جی, تسی مول با چھڈیا جی. ہوئے ہوئے ہوئے, سیانے بندے عظیم عزادار, عظیم عزادار دی نشانی ہوندی ہے کسے دا حق غصب نہیں کردا, او پاویں پیسے دی صورت دے وچ تے پاویں داد دی صورت دے وچ. ٹھیک ہے نا جناب, توجہ کرنا جناب. بادشاہ فرمایا ہٹ غلام زادہ, سرکار حسن نے مجتبیٰ فرمایا ہٹ غلام زادہ.
ਉਹ ਬੰਦੇ ਵਿੱਚ ਚੁੱਪ ਕਰ ਗਏ, ਉਹਨੇ ਮੂੰਹ ਸਜਾ ਲਿਆ ਤੇ ਟੁਰਦਾ ਟੁਰਦਾ ਪਿਓ ਕੋਲ ਆ ਗਿਆ। ਕੋਈ ਸਮਝ ਆਈ ਹੈ ਮੇਰੀ ਗੁਜ਼ਾਰਿਸ਼? ਇਸਦਾ ਪਿਓ ਬਿਸਤਰੇ ਬਿਮਾਰੀ ਤੇ ਆਈ, ਪਿਓ ਦੇ ਪਾਸੇ ਡੇਕਦਾ, ਬਾਬਾ ਹਕੂਮਤ ਸਾਡੀ, ਰਿਆਇਆ ਸਾਡੀ, ਫੌਜ ਸਾਡੀ, ਇਹ ਸਾਰਾ ਇਲਾਕਾ ਸਾਡਾ, ਤੇ ਅਲੀ ਦੇ ਪੁੱਤਰ ਮੈਨੂੰ ਆਖਿਆ ਹਟ ਗੁਲਾਮ ਜ਼ਾਦਾ। ਸੁਣਨਾ ਜੀ, ਹਟ ਗੁਲਾਮ ਜ਼ਾਦਾ, ਉਹਦੇ ਕੋਲੋਂ ਨਾ ਬਿਸਤਰ ਛੁੱਟ ਗਿਆ, ਬਿਮਾਰੀਆਂ ਸ਼ਮਾਰੀਆਂ ਗਈਆਂ। ਪੁੱਤਰ ਦਾ ਮੋਢਾ ਲਾ ਕੇ ਆਂਦਾ, ਗੱਲ ਪੱਕੀ ਹੈ, ਅਲੀ ਦੇ ਪੁੱਤਰ ਆਖਿਆ ਹੈ ਹੀ? ਲੱਖ ਲੱਖ ਬਿਸਮਿਲਾ ਕਰਾਂ, ਹਾਂ ਬਾਬਾ ਮੈਂ ਝੂਠ ਪਿਆ ਬੋਲਦਾ, ਆਖਿਆ ਹੈ, ਹਸਨ ਨੇ ਆਖਿਆ ਹੈ। ਜਿਵੇਂ ਜੁਮਲਾ ਸੁਣਿਆ ਹੈ, ਉਹ ਜਿਹੜਾ ਬਿਮਾਰ ਆਈ ਪੁਕਾਰਿਆ, ਤੇ ਪੁਕਾਰ ਕੇ ਗੱਲ ਕਿਹੜੀ ਆਦਾ ਹੈ, ਉਹਦਾ ਬਾਬਾ ਕਾਦਰੇ ਮੁਤਲਕੇ ਉਹ ਮਾਲਕ ਹੈ ਸਲਾਬਾਦ। ਸੁਣਨਾ ਜਨਾਬ, ਹੱਥ ਉੱਚੇ, ਤਾਰੀਫ ਹੋ ਜਿਹੜੀ ਦੁਸ਼ਮਣ ਦੀ ਜ਼ੁਬਾਨੀ ਹੋਵੇ। ਸ਼ੇਰ ਸੁਣਨਾ ਜਨਾਬ, ਪੂਰੀ ਤਵੱਜੋ ਦਾ ਤਾਲਬ ਆ। ਕੀ ਹਾਲ ਹੈ ਜਨਾਬ, ਤਵੱਜੋ ਕਰੋ, ਗੱਲ ਕਿਹੜੀ ਆਖ ਰਿਹਾ? ਉਹਦਾ ਬਾਬਾ ਕਾਦਰੇ ਮੁਤਲਕੇ ਉਹ ਮਾਲਕ ਹੈ ਸਰਦਾਰ ਦੀ ਕੀ ਤਾਰੀਫ ਕਰਾਂ, ਮਖਲੂਕ ਹਮੈਂ ਓ ਖਾਲਿਕ ਅੱਲਾ ਦਰਜਾਤ ਬੁਲੰਦ ਕਰੇ ਮੇਰੇ ਦਾਦਾ ਉਸਤਾਦ ਦੇ, ਇਹ ਉਹਨਾਂ ਦਾ ਘਰ ਹੈ। ਇੰਝ ਹੀ ਹੈ ਨਾ, ਸਾਰੀ ਜ਼ਿੰਦਗੀ ਮਲਕ ਸਾਹਿਬ ਨੂੰ ਤੁਸੀਂ ਸੁਣਿਆ, ਤੇ ਮਲਕ ਸਾਹਿਬ ਸਾਰੀ ਜ਼ਿੰਦਗੀ ਅਦਬ ਪੜ੍ਹਿਆ। ਇਹ ਤੇ ਸ਼ੇਰ ਹੈ ਨਾ ਕਾਫੀ, ਮੈਂ ਤੁਹਾਡਾ ਮਿਜ਼ਾਜ ਵੇਖ ਕੇ ਤੇ ਆਖਰੀ ਪੜ੍ਹ ਰਿਹਾ ਸ਼ੇਰ। ਸੁਣਨਾ ਜਨਾਬ, ਵੇਖਣਾ ਮੇਰੇ ਪਾਸ। ਤਖੀਲਾਤ ਦੀ ਦੁਨੀਆਂ ਦੇ ਵਿੱਚ ਮੈਂ ਸਫ਼ਰ ਸ਼ੁਰੂ ਕੀਤਾ, ਮੈਂ ਸਰਕਾਰ ਅਸ਼ਲ ਦੇ ਕੋਲ ਗਿਆ। ਅਸ਼ਲ ਸਰਕਾਰ ਰੱਬੇ ਵਫਾ ਦੀ ਸਵਾਰੀ ਦਾ ਨਾਮ ਹੈ। ਮੈਂ ਗਿਆ, ਮੈਂ ਜਾ ਕੇ ਆਪਣੀ ਔਜਬ ਨਮਾਜ਼ ਅਦਾ ਕੀਤੀ, ਆਪਣੇ ਮੁਰਸ਼ਦ ਅੱਬਾਸ ਦੇ ਘੋੜੇ ਦੇ ਮੈਂ ਕਦਮ ਚੁੰਮੇ, ਕਦਮ ਚੁੰਮਣ ਦੇ ਬਾਅਦ ਮੈਂ ਜਿਹੜੀ ਗੱਲ ਕੀਤੀ, ਤਵੱਜੋ ਕਰ, ਮੈਂ ਆਖਰੀ ਸ਼ੇਰ ਪੜ੍ਹਨਾ ਇਸ ਨਜ਼ਮ ਦਾ, ਇਹਦੇ ਸ਼ੇਰ ਹੋਰ ਹੈ ਨੇ, ਜੇ ਸੁਣਨਾ ਚਾਹੋ ਤੇ ਮੈਂ ਨੌਕਰ ਹਾਂ। ਸੁਣਨਾ ਜਨਾਬ, ਮੈਂ ਆਪਣੀ ਤਰਫੋਂ ਆਖਰੀ ਸ਼ੇਰ ਪੜ੍ਹ ਰਿਹਾ, ਤਵੱਜੋ ਕਰਨਾ ਜਨਾਬ, ਥੋੜੀ ਨਜ਼ਰ ਕਰ ਰਿਹਾ। ਇੱਕ ਦਿਨ ਅਸ਼ ਨੂੰ ਆਖਿਆ ਪੁਰਾਣੇ ਅਜ਼ਾਦਾਰ, ਕਿਸ ਘੋੜੇ ਦੀ, ਕਿਸ ਘੋੜੇ ਦੀ, ਤਵੱਜੋ ਕਰਨਾ। ਇੱਕ ਦਿਨ ਅਸ਼ ਨੂੰ ਆਖਿਆ ਮੈਂ ਉਸ ਘੋੜੇ ਦੀ ਤਾਸੀਫ ਕਰੇ, ਜੇ ਕੁਛੋਲੀ ਵਿੱਚ ਖੁਦ ਸੈਯਦਾ ਅਸ਼ਅਲ ਨੇ ਆਖਿਆ।
ਕਾ ਦੇ ਰਹਬਾਰ ਦੀ ਤਾਰੀਫ ਕਰਾਂ ਮਖਲੂਕ ਹਮੈਂ ਓ ਖਾਲਿਕ ਬਈ ਤੁਹਾਡੇ ਨਸਲਾਂ ਬਾਅਦ ਵਾਰਸ ਜ਼ਮਾਨਾ ਤੁਹਾਡੇ ਤੇ ਰਾਜ਼ੀ ਹੋਵਣ ਤੁਹਾਡੀ ਨਸਲਾਂ ਆਬਾਦ ਹੋਵਣ ਬਹੁਤ ਸੋਹਣਾ ਤੁਸੀਂ ਸੁਣਿਆ ਘਰ ਦੀ ਮਜਲਸ ਬਾਨੀ ਦੀ ਹੈਸੀਅਤ ਅਤੇ ਅੱਜ ਸੋਜ਼ੀਆਂ ਦੀ ਵੀ ਕੁਝ ਕਮੀ ਹੈ ਮੇਰਾ ਖਿਆਲ ਹੈ ਉਹ ਕਮੀ ਅੱਜ ਤੁਸੀਂ ਨਹੀਂ ਪੂਰੀ ਕਰ ਦਿੰਦੇ ਲੈ ਆਪ ਤਾਂ ਹੈ ਹੀ ਆ ਨਾ ਜੀ ਮੇਰਾ ਚਾਚਾ ਵੀ ਤਾਂ ਹੈ ਹੀ ਹੈ ਨਾ ਨਾਲ ਲਓ ਮੈਂ ਅੱਜ ਦੀ ਆਪਣੀ ਨੌਕਰੀ ਦੇ ਵਿੱਚ ਅੱਜ ਦੀ ਆਪਣੀ ਨਮਾਜ਼ ਦੇ ਵਿੱਚ ਦੱਸਣ ਲੱਗਾ ਅਲੀ ਅਲੀ ਕਹਿ ਕਹਿ ਕੀਤਾ ਕਿ ਬਲਾ ਬਿਸਮਿਲਾ ਕਰ ਲਵਾਂ ਅਤੇ ਕਿਸ ਕਿਸ ਮਕਾਮ 'ਤੇ ਕੀਤਾ ਇੱਕ ਗੱਲ ਜ਼ਹਿਨ ਦੇ ਵਿੱਚ ਰੱਖਿਆ ਜੇ ਮਜਲਿਸ ਦੇ ਵਿੱਚ ਆ ਕੇ ਬੰਦੇ ਨਹੀਂ ਬੋਲਦੇ ਅਕੀਦਾ ਬੋਲਦਾ ਮੈਂ ਬਹੁਤ ਖੂਬਸੂਰਤ ਨਜ਼ਮ ਹੈ ਜਨਾਬ ਦੀ ਨਜ਼ਰ ਕਰ ਰਿਹਾ ਅਲੀ ਅਲੀ ਕਰਕੇ ਤੁਹਾਡੀਆਂ ਨਸਲਾਂ ਆਬਾਦ ਹੋਵਣ ਹਮੇਸ਼ਾ ਆਬਾਦ ਹੋਵੋ ਜਿਹੜੇ ਬੰਦੇ ਚੁੱਪ ਹੋ ਤੁਹਾਡੇ ਵਾਸਤੇ ਇੱਕ ਸਤਰ ਹੋਰ ਪੜ੍ਹ ਰਿਹਾ ਜੀ ਥੋੜਾ ਜਿਹਾ ਨਾ ਲੱਗ ਰਿਹਾ ਮੈਨੂੰ ਮਹਿਸੂਸ ਹੋ ਰਿਹਾ ਮੇਰੀ ਨਮਾਜ਼ ਕੀ ਹੈ ਕਬੂਲੀਅਤ ਮੇਰੀ ਨਮਾਜ਼ ਕੀ ਹੈ ਕਬੂਲੀਅਤ ਸਜਦਾ ਕੀਆ ਹੈ ਅਲੀ ਅਲੀ ਕਰਕੇ ਹੁਣ ਬੋਲਿਆ ਨਾ ਜਿਵੇਂ ਤੇਰੇ ਤੇ ਅਤਾ ਹੈ ਬਾਦਸ਼ਾਹਾਂ ਦੀ ਸੁਭਾਨ ਅੱਲਾਹ ਸੁਭਾਨ ਅੱਲਾਹ ਤੁਹਾਡੇ ਨਸਲਾਂ ਆਬਾਦ ਹੋਵਣ ਜਗਾਏ ਕੌਣ ਅੱਛਾ ਚਲੋ ਜਿਹੜੇ ਬੰਦੇ ਬੜੇ ਮੁਦੱਬਰ ਬਣ ਕੇ ਬੈਠੇ ਜੇ ਤੁਸੀਂ ਕਦੀ ਸੁੱਤਾ ਸ਼ੇਰ ਚ ਗਾਇਆ ਫਿਰ ਚੁੱਪ ਕਰ ਗਿਆ ਇਹਦਾ ਮਕਸਦ ਚੁੱਪ ਤੁਸੀਂ ਕੀਤੇ ਜੇ ਤੇ ਫਿਰ ਦਰਮਿਆਨਾ ਕੰਮ ਹੈ ਹੈ ਚਲੋ ਮੈਂ ਸ਼ੇਰ ਪੜਦਾ ਜੇ ਅਲੀ ਤੈਨੂੰ ਤਾਕਤ ਦਿੱਤੀ ਹੈ ਤਾਂ ਤੂੰ ਬੋਲੇਗਾ ਜਗਾਏ ਕੌਣ ਅਲੀ ਕੋ ਯੇ ਕਿਸ ਕੀ ਜੁਰਅਤ ਹੈ ਜਗਾਏ ਕੌਣ ਅਲੀ ਕੋ ਯੇ ਕਿਸ ਕੀ ਜੁਰਅਤ ਹੈ ਅਲੀ ਬਿਸੋ
بھائی کیا بات ہے کیا بات ہے تھوڑی نسل آباد ہونے والا ہے حیدری لکھ لکھ بسم اللہ کرا تھوڑے واسطے شیر پڑھن لگا سننا جناب یہ مرتضی واہ بسم اللہ کرا یہ مرتضی ہے یا خود ہی خدا کے پردے میں یہ مرتضی ہے یا خود ہی خدا کے پردے میں خدا ہی بول رہا ہے علی تھوڑی جی سننا جی وہ یار غار جو رویا تو پاک سرور نے وہ یار غار جو رویا تو پاک سرور نے اسے دلا سا دیا بھائی واہ 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 تھوڑی خیر بسم اللہ کرا دلاسا چپ واسطے ہی ہوں تھوڑی خیر آمد چلو میں قرآن دی آیت میرے بزرگ بیٹھے نے انہاں وال ویکھ کے اسی زاکریاں شروع کیتیاں نے انہاں دی دعاواں میری زاکر دے وچ شامل نے ڈھیر ساری قرآن دی آیت دا ترجمہ تھوڑا نوکر شیر پڑھ رہا ہے جڑا بندہ ساری زندگی نہیں بولیا ویکھے میرے پاسے قبلہ میرے پاسے ویکھو قبلہ قبلہ میں تھوڑی نوکری کر رہا ہوں غور کریا ہے غدیر خم بے رسالت پڑی تھی خطرے میں بندہ ہی بڑا سارا جنا نہیں بولیا بھائی سننا جنا غدیر خم بے رسالت پڑی تھی خطرے میں غدیر خم بے رسالت پڑی تھی خطرے میرا رسول بچا ہے علی علی کر ہوں بولے ہو نا جی تھوڑے تے عطا ہے پتہ نہیں نعرہ مروان والے نوں اج نظر لگی ہوئی ہے لٹھیاں گئیں علی دیاں دھیاں علامہ فراز حضر قاضمی صاحب علی دیاں دھیاں دی غربت بیان کر گئے عیداں راس نہیں آئیاں آل محمد نے یہ جڑی عید گزار کے بیٹھے ہو جڑا بندہ علی نو ولی اللہ پڑھتا ہے وہ کم از کم اے عید نہ مناوے جے تو محمد والے محمد دا نوکر ہیں تیرے چہرے وال ویکھ کے پتہ لگنا چاہیدا ہے جو اج مومن سوگ دے وچ علی دیاں دھیاں دے وال جو کھلے ہوئے نے بس لمبا نہ ہو جاواں مالک تہاڈا سایہ سلامت رکھن میں اج دی اپنی نوکری دے وچ قومی صاحب ایک مشکل جہا مضمون ہے کوشش کردا اسے واسطے فضائل میں تھوڑا پڑھیا
میں دھیاں قربان کراں، حسین دا محرم، شہزادہ علی اکبر دی اذان تو شروع ہویا، امیر بن کے نہ سنی، کل ہوسے تے روسے، حسین دا محرم، فخر یوسف دی اذان تو شروع ہویا، سردار صاحب تے اپنے سجدے تے مک گیا، پرانے عزادار بیٹھے ہو، میں دھیاں قربان کراں، حسین دے سجدے دے بعد میری سین آلیہ دا محرم شروع، سیدزادہ جتنے سید بیٹھے ہو تواڈے کے ہاتھ جوڑ کے التماس ہے، تواڈے کولوں اجازت لے کے، بڑا اوکھا جا مضمون ہے، اجازت ہے میں پڑھ لواں، انشاءاللہ اپنے غماں دے وچ نہ رہو، تواڈیاں دھیاں دے پردے ہون، ملک صاحب زندگی دا پتہ کوئی نہیں، اوکھا جا مضمون ہے، آلیہ دا محرم شروع، کتنے دن دا محرم ہے، پھر امیر بن کے بیٹھے ہیں، پونے دو سال دا محرم، جے تو سنے تے تینوں پہلی رات دا واقعہ سناواں، کونین دے پردے دارا تے، ہائے تیرے واسطے چے، میں دھیاں قربان کرا، کونین دے پردے دارا تے، جیڑی شام غریب آ گئی ہے، واہ بھائی واہ، انشاءاللہ اپنے غماں دے وچ نہ رویا، حق غریباں رون دا، کونین دے پردے دارا تے، جیڑی شام غریب آ گئی ہے، او شام حسین دے چن بچڑے، آبد دی جوانی کھا گئی ہے، واہ بھائی واہ، واہ بھائی واہ، تھوڑیاں دھیاں دے پتر نوکر، میری تو نوکری آئے غلام جو عطا دا، جنہاں نو سمجھ آئی انہاں دی ہائے نکل گئی ہے، میں نوکرا میری مجال، او شام حسین دے چن بچڑے، آبد دی جوانی کھا گئی ہے، اللہ اپنے گھماں دے وچ نہ رو، تھوڑیاں دھیاں دے پردے ہون، یا حق غریباں رون دا، او ماتمے دا دار اوکھا مضمون ہے، اللہ گواہ ہے مان مک گئے، جی 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 جی، میں نوکر ہاں میری مجال، او شام حسین دے چن بچڑے، آبد دی جوانی کھا گئی ہے، اللہ اپنے غماں دے وچ نہ رہو، او ماتمے زدارو مان مک گئے، جڑا بندہ ہائے دے وچ شامل نہیں ہویا، اس بی بی دے مان مک گئے، جڑی 18 بھراواں دی بھیڑ ائی، آزادار ماتمی صرف مان نہیں مکے، چادراں لہ گئیاں، جے تو ماتم دے وچ شامل ہوے صرف چادراں نہیں لتیاں، اینا ظالماں تطہیر دے خیمے لٹ لے، اجنی بھی ظالم خوش نہیں ہوئے، اینا ظالماں آگ انج لائیے، جوے شکاری جنگل نو لے دے، او میں دھیاں قربان کرا، میں اولاد قربان کرا، آگ اس خیمے دے پاسے ویندی پئیے، جس خیمے دے وچ سید ساجدین شہن شاہ نو غاشائی، میری آلیہ سین سجے بھی ڈٹھا ہے، کھبے بھی ڈٹھا ہے، جڑا میری سین دا کوئی واس نہیں چلیا، انجے پہلی پہلی وار رے چاہیے، چاہ کے سٹی آگ نہیں بجھی، دوجی دا پرے سٹی آگ نہیں بجھی، پوچھو نا میری ماما بھینا دھیاں، میری مرشزادیاں دیکھو لو، جڑا دھیاں تے اوکھی بن جاوے، دھیاں نو پیکیاں دی یاد آندی ہے،
ਉਹ ਧੀਆ ਵਾਲੇ ਜਣਾ ਤ੍ਰੀਜੀ ਮਰਤਬਾ ਰੇਤ ਸੱਚੀ ਏ ਤੇ ਅੱਗ ਨਹੀਂ ਬੁੱਝੀ ਮੇਰੀ ਸੈਣ ਦਾ ਮੂੰਹ ਨਜਬ ਦੇ ਪਾਸੇ ਫਿਰਿਆ ਹੈ ਬੀਬੀ ਅੱਜ ਨਹੀਂ ਅੱਗ ਬੁੱਝਦੀ ਉਹ ਦਨੀਆਂ ਧੀਆਂ ਤੋਂ ਮੇਰੀ ਮਜਾਲ ਹੱਥ ਨਾ ਜੋੜੋ ਬੀਬੀ ਅੱਜ ਨਹੀਂ ਬੁੱਝਦੀ ਬੀਬੀਆਂ ਦੀ ਏ ਮੈਂ ਤਲੀਆਂ ਮਾਲ ਮਾਲ ਉਹ ਥੱਕ ਪਈਆਂ ਨਹੀਂ ਅੱਖ ਖੋਲੀ ਸਜਾ ਦੇ ਰੋ ਕੇ ਆਦੀ ਓਡੇ ਮਾਸੂਮਾ ਚੱਲ ਆਪਣੇ ਕੰਮਾਂ ਦੇ ਵਿੱਚ ਲਾ ਰੋਵੇ ਤੇਰੀਆਂ ਧੀਆਂ ਦੇ ਪਰਦੇ ਹੋਣ ਮੈਂ ਔਲਾਦ ਕੁਰਬਾਨ ਕਰਾਂ ਮੇਰੀਆਂ ਤਰੇ ਧੀਆਂ ਮੈਂ ਸੈਨ ਦੀ ਜੁੱਤੀ ਤੋਂ ਕੁਰਬਾਨ ਕਰ ਛੋੜਾਂ ਅਰਸ਼ਾਂ ਦੇ ਪਰਦਾਦਾਰ ਉਹ ਧੀਆਂ ਵਾਲੇ ਮੌਲਾ ਦੇ ਸਾਰੇ ਜ਼ਾਕਰ ਪੜਦੇ ਅੱਛਾ ਇੱਕ ਸਵਾਲ ਕਰਦਾ ਜਿਹੜਾ 84 ਯਤੀਮ ਅਲੀ ਦੀਆਂ ਧੀਆਂ ਤੇ ਨੂੰਹਾਂ ਬੜਾ ਮੁਸ਼ਕਲ ਇਕੱਠਾ ਕੀਤਾ ਹੈ ਇਹ ਕਹਿੰਦੇ ਪਹਾੜੇ ਤੇ ਸੰਭਣ ਦਾ ਹੇਲਾ ਕਾਈ ਅਲਮਾਲੇ ਦੇ ਪਹਾੜੇ ਤੇ ਬਜ਼ੁਰਗੋ ਗਾਜ਼ੀ ਤੇ ਲਹਿ ਗਿਆ ਅੱਲਾ ਗਵਾਹ ਅਲੀ ਦੀਦੀ ਫੈਸਲਾ ਕਿਹੜਾ ਕੀਤਾ ਹੈ ਤਾਰੀਫ ਪਈ ਦੱਸਦੀ ਹੈ ਮੇਰੀ ਸੈਣ ਇਰਾਦਾ ਕੀਤਾ ਉੱਠਦੀ ਹਾਂ ਤੇ ਮੈਂ ਪਹਾਰਾ ਦੇਂਦੀ ਹਾਂ ਅੱਲਾ ਗਵਾਹ ਉੱਠਣ ਦਾ ਇਰਾਦਾ ਕੀਤਾ ਯਾ ਲਾਹੌਰ ਦੀ ਮਲਕਾ ਦੀਦੀ ਪਈ ਹੈ ਬੀਬੀ ਅੰਜਾਇ ਜਿਵੇਂ ਝਿੱਕ ਦਿਨ ਪਾਣੀ ਆਉਂਦਾ ਹੈ ਕਦਮਾਂ ਤੇ ਹੱਥ ਲਾ ਕੇ ਹੱਥ ਜੋੜ ਕੇ ਦਿਨ ਸੈਣ ਮੈਂ ਤੇਰੇ ਪਹਾਰੇਦਾਰ ਦੀ ਭੈਣ ਆਵਾਜ਼ ਆਇਆ ਸੈ ਸ਼ਾਮਲ ਨਹੀਂ ਹੋ ਸਕੇ ਉਹ ਮਾਤਮੇ ਦਾ ਦਾਰੋ ਮੇਰਾ ਅੱਲਾ ਗਵਾਏ ਮੇਰੀ ਆਲੀਆ ਸੈਨ ਉੱਠਦੇ ਵੀ ਆਏ ਹੱਕਲ ਮਾਰ ਕਦ ਰੁਕਿਆ ਬੇਸ਼ੱਕ ਤੂੰ ਗਾਦੀ ਦੀ ਸੱਕੀ ਬੇੜੇ ਮਗਰ ਪਾਰਾ ਉਡੇ ਸੀ ਜੈਂਦੀ ਆਵਾਜ਼ ਗਾਜ਼ੀ ਦੇ ਨਾਲ ਮੌਲਾ ਦੇ ਸਾਰੇ ਦਾਕਰੀ ਮੈਂ ਪੜਦੇ ਜਾਂ ਤਰੁੱਟੀ ਤਲਵਾਰ ਦਾ ਟੁਕੜਾ ਚਾਇਆ ਹੈ ਜਾਂ ਸੜੀ ਚੋਪ ਚਾਈ ਪਹਿਲਾ ਚੱਕਰ ਵੱਲੇ ਅਲ ਹਾਫਜ਼ ਵਲ ਹਫੀਜ਼ ਮੌਲਾ ਦੇ ਜ਼ਾਕਰ ਪੜਦੇ ਨੇ ਮੈਂ ਨਹੀਂ ਮੇਰੀ ਸਹਿਣ ਨੂੰ ਸਿਆ ਬੁਰਕਾ ਬੋਝ ਥੋੜਾ ਸਵਾਰ ਨਜ਼ਰ ਆਇਆ ਹੈ ਮੇਰੀ ਪਾਕ ਸਹਿਣ ਫਰਮਾਇਆ ਘੋੜਾ ਸਵਾਰ ਅੱਗੇ ਨਾ ਮੈਂ ਅਲੀ ਦੀ ਧੀਆਂ ਅਮੀਰ ਬਣ ਕੇ ਨਾ ਸੁਣੀ ਜ਼ਿੰਦਗੀ ਦਾ ਪਤਾ ਕੋਈ ਨਹੀਂ ਫਿਰ ਮੇਰੀ ਸਹਿਣ ਲੈ ਜਾ ਤਬਦੀਲ ਕੀਤਾ ਹੈ ਹੱਕਲ ਮਾਰ ਕਦਨ ਘੋੜਾ ਸਵਾਰ ਅੱਗੇ ਨਾ ਮੈਂ ਗਾਜ਼ੀ ਦੀ ਭੇਣਾ ਮੇਰਾ ਯਕੀਨ ਨਹੀਂ ਇਹ ਭੁੱਲਣ ਵਾਲੀ ਮਾਂ ਦੀ ਧੀ ਨਹੀਂ ਆਲਮਾ ਗੈਰ ਮੁੱਲਮਾ ਸਹਿਣੇ ਦੂਰ ਤੋਂ ਪਤਾ ਚੱਲਿਆ ਏ ਜੋ ਨਜਬ ਛੋੜ ਕੇ ਬਾਬਾ ਆ ਗਏ ਅੱਲਾ ਗਵਾਹ ਹੈ ਮੇਰੀ ਸਹਿਣ ਸੱਜੇ ਵੀ ਡਿੱਟਾ ਹੈ ਕੰਬੇ ਵੀ ਡਿੱਟਾ ਹੈ ਲੁੱਟੀ ਹੋਈ ਹੈ ਬੀਬੀਆਂ ਦੇ ਪਾਸੇ ਵੀ ਡਿੱਟਾ ਹੈ ਚਲਾ ਮੇਰੀ ਸਹਿਣ ਦਾ ਕੋਈ ਬਸ ਨਹੀਂ ਚੱਲਿਆ ਇਹ ਆਸਮਾਨ ਦੇ ਪਾਸੇ ਡੇਕ ਆਦੀਏ ਚੰਨ ਛੁਪ ਜਾ ਮੈਨੂੰ ਪੇਕੇ ਮਿਲਣ ਆ ਗਏ ਮਾਤਮ ਜਾਇਜ਼ ਹੈ ਤੇਰੇ ਮਜ਼ਹਬ ਦੇ ਵਿੱਚ ਆਵਾਜ਼ ਆਈਏ ਚੰਨ ਛੁਪ ਜਾ ਆਲੀਆ ਦੇ ਸਰ ਤੇਰੇ ਦਾ ਕੋਈ ਨਹੀਂ ਤੀਜਾ ਚੱਕਰ ਵੱਲੇ ਮੈਂ ਸਾਰਾ ਮਜ਼ਮੂਨ ਛੋੜ ਦਿੱਤਾ ਹੈ ਇੱਕ ਲਾਸ਼ ਨਜ਼ਰ ਆਈ ਜਿਹਦੇ ਬਾਜ਼ੂ ਕੋਈ ਨਹੀਂ ਮੇਰੀ ਮਖਦੂਮਾ ਇੱਕ ਦੁੱਖਾ ਵੈਣ ਕੀਤਾ ਕਰਬਲਾ ਦੀ ਨਗਰੀ ਹੱਲੀ ਏ ਆਵਾਜ਼ ਆਈ ਅੱਬਾਸ
تیرے بعد رول گئیاں کبے گل چواز ایسا ناراض نہ ہوے نوکر دا واس نہیں چلیا چند آدمی آئے بھی شامل نہیں پہ ہوں دے میرا اللہ گواہ ہے جی میں جملہ سنیا ہے میری آلیہ سہن سردہ پرسا کیتا ہے سردہ پرسا کر کے دکھا وین کیتا ہے بی بی رو کے آنکھیں تیرے قاتلہ نے میری چادر لائی آئے دے کرنا تیریاں دھیاں دے پردے ہون بی بی رو کے فرمایا تیرے قاتلہ نے میری چادر لائی کی میں میرے سر دینے زندگی دا پتا کوئی نہیں او مات میں زدار لاہور دی ملکہ دا دکھا وین آیا ہے آواز یہ ہائے میرے نصیب آلیہ سین فرمایا ایڈا دکھا وین کیوں پہ کریں دے ہو آواز یہ سین میری غیرت دا مسئلہ بڑھ گی آواز یہ سین میری آت کا نہیں پھی مل دی سارے تو پیچھے پہرے دار دی بیڑ اللہ گواہ دل دکھ جاوے تے میں معاف کرے میرے کول متبادل جملے کوئی نہیں چند قدم دا سفر کیتا یدین پئیے سجے دے گھوڑے کھبے دوڑ گئے کھبے دے سیدادہ سجے دوڑ گئے اللہ گواہ علی دی تھی نے قدم بدھایا حیوانہ حیا کیتا ہے مسلمانہ حیا نے کیتا ہے حیوانہ حیا کیتا ہے چند قدم دا سفر کیتا ہے ہائے غریبی دا وین کر کے مٹیاں تے جڑ پین لاہور دی ملکہ رو کے دل سین قیامت دا نہیں آون علی خدا دا عرش پہ ہلدا ہے اس ویلے آلیہ سین دکھا وین کیتا ہے رو کے آ دل او ظلم ہوئے تیری بچے